ਦਰਸ਼ਕੋ ਇਹ ਦੂਸਰ ਤੁੰਦ ਦਾ ਨਜ਼ਾਰਾ ਦਿਖਾ ਕਰ ਦਿਓ ਦੂਰ ਦਰਾਜ ਪਹਾੜੀ ਇਲਾਕੇ ਚ ਸੁੰਦਰਬਣੀ ਨੁਸ਼ਰਦਾ ਇਹ ਇਲਾਕਾ ਹੈ ਜਿੱਥੇ ਕਿ کافی ਤੁੰਦ ਨਵੰਬਰ ਦੇ ਮਹੀਨੇ ਚ ਗਏ ਪੌਣੀ ਸਟਾਰਟ ਹੋਈ ਗਈ ਈ ਹੈ ਤੇ ਇਸ ਇਲਾਕੇ ਚ ਤੁਸ ਦਿਖਾ ਕਰ ਦਿਓ ਬੜਲੇ ਬੜਲੇ ਤੁੰਦ ਨੇ ਕਿਆਂ ਆਸ-ਪਾਸੇ ਕਿਹੜਾ ਪਾਇਦਾ ਹੈ ਇਹ ਦੂਰ ਦਰਾਜ ਪਹਾੜੀ ਇਲਾਕੇ ਦੀਆਂ ਤਸਵੀਰਾਂ ਗਰਾਹ ਦੀਆਂ ਤਸਵੀਰਾਂ ਜਿੱਥੇ ਕਿ ਤੁੰਦ ਦਾ ਕਹਿਰ ਜਾਰੀ ਹੈ ਅਜੇ ਕਿ ਨਵੰਬਰ ਦਾ ਮਹੀਨਾ ਹੈ ਜਾ ਕਰਦਾ ਹੈ ਪਰ ਇਸ ਮਹੀਨੇ ਚ ਵੀ ਇਸ ਸੁੰਦਰਮਨੀ ਦੇ ਡਾਊਨ ਇਲਾਕੇ ਚ ਤੁੰਦ ਦਾ ਅਸਰ ਦਿਖਨੇ ਕੀ ਲੱਭੈ ਕਰਦਾ ਹੈ ਦਰਸ਼ਕੋ ਤੁਸ ਤਸਵੀਰਾਂ ਚ ਦਿਖਾ ਕਰ ਦਿਓ ਕਿ ਤੁੰਦ ਦੀ ਚਿੱਟੀ ਚਾਦਰ ਤੇ ਕਿਸ਼ਨੀ ਲੱਭਦਾ ਹੈ ਇਹ ਦੂਰਦਰਾਜ ਸੁੰਦਰਬਨੀ ਦੇ ਇਲਾਕੇ ਦੀਆਂ ਤਸਵੀਰਾਂ ਇਸ ਤੁੰਦ ਦੇ ਕਾਰਨ ਸਫਤਮਾ ਜਦੈ ਗੱਡੀਆਂ ਦੀ ਉਚਾਈ 'ਚ ਫਰਕ ਪਾ ਬੈ ਕਰਦਾ ਹੈ ਕਿ ਜੇ ਟੂ ਬਿਲਰ ਮੋਟਰਸਾਈਕਲਾਂ ਲੰਗੀ ਚੱਲਣਾ ਹੋਰ ਵੀ ਮੁਸ਼ਕਲ ਹੋ ਬੈ ਕਰਦਾ ਹੈ ਤੇ ਇਹਦੇ ਕਾਰਨ ਆਸੇ ਬਦਨੇ ਦੇ ਕਾਰਨ ਰੋਂਦੇ ਨੇ ਤੁੰਦ 'ਚ ਸਫ਼ਰ ਕਰਨਾ ਹੈ ਤੇ ਦਸ਼ਕੋ ਆਪਣੀਆਂ ਗੱਡੀਆਂ ਦੀ ਰਫ਼ਤਾਰ ਘੱਟ ਕੇ ਰੱਖਿਓ ਕਿ ਜੇ ਉਹਨੇ ਲੇਟ ਟਾਈਮ 'ਚ ਮੌਸਮ ਵਿਭਾਗ ਦੇ ਅਨੁਸਾਰ ਕਾਫੀ ਤੁੰਦ ਦਾ ਅਸਰ ਦਿਖਣੇ ਹੀ ਲੱਭਗ ਤੇ ਸਰਦੀ ਵੀ ਵਧੀ ਜਾਗ ਦਸਕੂ ਠੰਡ ਦਾ ਅਸਰ ਵੀ ਲੱਭ ਕਰਦਾ ਹੈ ਪਰ ਤੁੰਦ ਦਾ ਅਸਰ ਇਨੇ ਇਲਾਕੇ ਚ ਬੜਲੇ 10 11 ਵਜੇ ਤਕਰ ਰੋਜਨਾ ਰੋਂਦਾ ਹੈ ਇਹ ਤੁੰਦ ਦਾ ਅਸਰ ਤੁਸ ਦਿਖਿਆ ਕਰ ਦਿਓ ਅਜੇ ਓਨੇ ਲਈ ਟਾਈਮ ਚ ਮੌਸਮ ਵਿਭਾਗ ਦੇ ਅਨੁਸਾਰ ਹੋਰ ਵੀ ਤੁੰਦ ਪੋਣ ਦੇ ਅਸਾਰਨ ਇਹ ਦੂਰਦਰਜ ਪਹਾੜੀ ਇਲਾਕੇ ਦੀਆਂ ਤਸਵੀਰਾਂ ਤੇ ਬੜਲੇ-ਬੜਲੇ ਦੀਆਂ ਤਸਵੀਰਾਂ ਜਿੱਥੇ ਕਿ ਤੁੰਦ ਦਾ ਅਸਰ ਸੁੰਦਰਬਨੀ ਨੁਸ਼ਾਰੇ ਦੇ ਇਲਾਕੇ ਵਿੱਚ ਦਿਖਣੇ ਕਿ ਲੱਭਾ ਕਰਦਾ ਹੈ ਖਾਸ ਤੌਰ ਪਰ ਠੰਡੇ ਪਾਣੀ ਸੁੰਦਰਬਨੀ ਦਾ ਜਿਹੜਾ ਡਾਊਨ ਇਲਾਕਾ ਹੈ ਇੱਥੇ ਜਿਆਦਾ ਤੁੰਦ ਪੁੰਦੀ ਹੈ ਜਿਹਦੇ ਕਾਰਨ ਤੁੰਦ ਦਾ ਅਸਰ ਇਹਨੇ ਇਲਾਕੇ ਵਿੱਚ ਕਾਫੀ ਦਿਖਣੇ ਕਿ ਲੱਭਾ ਕਰਦਾ ਹੈ ਦਰਸ਼ਕੋ ਇਹ ਦਿਖਿਆ ਤੁਸੀਂ सुंदरबनी ठंडा पानी का नजारा जिथे की धुंध नवंबर महीन पौनी स्टार्ट हुई है सर्दी भी बधी गई है पर आने टाइम और भी सर्दी ते और भी तुंद पौने के असार ना